ਗਿਆ ਸਰੀਰ ਸੀ ਜਦੋਂ ਰੋਟੇ ਆ ਗਿਆ ਰੋਟੇ ਚ ਜੰਮਿਆ ਮਰਦ ਦਲੇਰ ਸੀ ਭਿੰਡਰਾ ਦਾ ਸੰਤੋ ਬੱਬਰ ਸ਼ੇਰ ਸੀ ਉਹ ਵੀ ਸੁਣਵਾ ਸੀ ਪੱਕਾ ਬੜਾ ਹਿੰਡਰਾ ਆਇਆ ਗਰਜਨ ਦੇ ਚੇਤੇ ਬੁੱਧ ਸਿੰਘ ਦਾ ਮਾਝੇ ਦੀਆਂ ਸਿੱਖਾਂ ਨੂੰ ਜਿਸ ਉੱਤੇ ਮਾਣ ਹੈ ਨਾਮ ਜਗਰਾਜ ਆਖਦੇ ਤਫਾਨ ਨੇ ਲਾਹ ਸਿੰਘ ਘੁੱਕ ਮਿੰਟੂ ਬੜਮੇ ਨੇ ਤੇ ਬਿਗਲੀਆਂ ਮਾਵਾਂ ਪੁੱਤ ਸ਼ੇਰ ਜੰਮੇ ਨੇ ਮਲੋਏ ਵਿੱਚ ਜੰਮਿਆ ਬੇਅੰਤ ਸੂਰਮਾ ਤੇ ਇੰਦਰਾ ਨੂੰ ਜਾਣ ਦਿੱਤੀ ਜਿੱਦਾਂ ਦੂਰਮਾ ਚਰਚੇ ਮੈਂ ਸੁਣੇ ਉਹਦੇ ਪਾਸੇ ਚਾੜੇ ਸਿੰਘ ਦੇ ਮਿੱਟੀ ਮੱਥੇ ਲਾੜੀ ਜਾ ਕੇ ਹਵਾੜੇ ਸੀ ਜਿੱਥੋਂ ਦੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾੜਾ ਚਰਚੇ ਮੈਂ ਸੁਣੇ ਉਹਦੇ ਪਾਸੇ ਚਾੜੇ ਸੀ ਮਿੱਟੀ ਮੱਥੇ ਲਾੜੀ ਜਾ ਕੇ ਹਵਾੜੇ ਸੀ ਬਹੁਤ ਸਾਰੇ ਪਿੰਡ ਘੁੰਮਣੋਂ ਹੀ ਰਹਿ ਗਿਆ ਫਿਰ ਉਹਨਾਂ ਸਿੰਘਾਂ ਦੇ ਖਿਆਲੀ ਪੈ ਗਿਆ ਮੰਗਦਾ ਹਾਂ ਮਾਫੀ ਸੋਢੀ ਦੇ ਜਟਾਣੇ ਤੋਂ ਨਾਲੇ ਬਲਵੰਤ ਸਿੰਘ ਰਾਜੂ ਆਣੇ ਤੋਂ ਦੀਪੇ ਦੇ ਪਿੰਡ ਵੀ ਮੈਂ ਜਾ ਨਾ ਸਕਿਆ ਤੇ ਬਿੱਲੇ ਦੇ ਮਾਪਿਆਂ ਨੂੰ ਜਾ ਨਾ ਤੱਕਿਆ ਇਹਦੋਂ ਪਿੱਛੋਂ ਮੈਂ ਚਮਕੌੜ ਆ ਗਿਆ ਜਿੱਥੋਂ ਕੁਰਬਾਨੀਆਂ ਦਾ ਦੌੜ ਆ ਗਿਆ ਆਹ ਲੋਕੀ ਕਹਿੰਦੇ ਉਹਨੇ ਪੁੱਤ ਚਾੜ ਵਾਲੇ ਨੇ ਆਸ ਦਾ ਨਿਸ਼ਾਨ ਕਈ ਹਜ਼ਾਰ ਵਾਲੇ ਨੇ ਚੰਦਰੀਆਂ ਸਮਾਈਕਾਂ ਨੇ ਪੰਜਾਬ ਖਾ ਲਿਆ ਕਰਦੇ ਦੀ ਮੇਰ ਹੁਣ ਬਾਜਾਂ ਵਾਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਕੱਲੇ ਪੁੱਤਰ ਹੀ ਨਹੀਂ ਮੌਜੂਦਾ ਸੰਗਰਾਸ਼ ਵਿੱਚ ਸ਼ਹੀਦ ਹੋਏ ਉਹਦੀਆਂ ਪੁੱਤਰੀਆਂ ਨੇ ਵੀ ਸਮਾਂ ਆਉਣ ਤੇ ਕਸਰ ਨਹੀਂ ਛੱਡੀ ਭਾਗਾਂ ਵਾਲਿਓ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਇੰਦਰਾ ਗਾਂਧੀ ਨੂੰ ਧੁਰਦੀਆਂ ਟਿਕਟਾਂ ਦਿੰਦੇ ਹੈ ਬੇਅੰਤ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਦਿੰਦੇ ਨੇ ਉਹਦੇ ਸਮਾਂ ਵਿੱਚ ਮੁਸਤਾਰ ਸਾਹਿਬ ਹੈ ਇਸ ਵਕਤ ਮੈਂ ਸੰਖੇਪ ਦੇ ਵਿੱਚ ਹੈ ਔਰ ਮੈਂ ਮੁਸਤਾਰ ਸਾਹਿਬ ਨੂੰ ਜਾਣਾ ਚਾਹੁੰਦਾ ਪ੍ਰਸੰਗ ਤਾਂ ਬੜੇ ਲੰਬੇ ਹੈ ਜੋਧਿਆਂ ਦੀਆਂ ਦਾਸਤਾਨਾਂ ਅਸੀਂ ਕੈਸਟਾਂ ਰਿਕਾਰਡ ਕਰਾਉਣ ਲੱਗੇ ਤੇ ਪੰਜਾਹ ਦੇ ਕਰੀਬ ਖਾੜੂਆਂ ਸਿੰਘਾਂ ਦੀਆਂ ਜੀਵਨੀਆਂ ਤੁਹਾਡੇ ਤੱਕ ਨੈਟ ਦੇ ਉੱਤੇ ਹੈ ਜਿਹੜੀਆਂ ਤੁਸੀਂ ਘਰੇ ਵਿੱਚ ਕੇ ਸੁਣਦੇ ਜੀ ਤੋ ਮੈਂ ਇਸ ਵੱਡੇ ਨਾਲ ਜਾਵਾਂ ਕਿਉਂਕਿ ਸਮਾਂ ਕਿੰਨੀ ਮਿੱਟੀ ਦਾ ਹੈ ਭਾਈ ਬੇਅੰਤ ਸਿੰਘ ਨੇ ਸ਼ਹਾਦਤ ਦਾ ਜਨਮ ਕੀਤਾ ਸਤਵੰਤ ਸਿੰਘ ਦੇ ਰੀੜ ਦੀ ਹੱਡੀ ਵੀ ਗੋਲੀ ਲੱਗੀ ਹੈ ਤੇ ਕਿਸੇ ਨੇ ਨਹੀਂ ਲੱਗੀ ਜੇਲ੍ਹ ਦੇ ਅੰਦਰ ਹੈ ਭਾਈ ਸਤਵੰਤ ਸਿੰਘ ਬਾਪੂ ਤਰਲੋਕ ਸਿੰਘ ਮੁਲਾਕਾਤ ਕਰਨ ਵਾਸਤੇ ਗਿਆ ਪਿਓ ਦੇ ਪੁੱਤਰ ਦਾ ਮਿਲਾਪ ਜੇਲ੍ਹ ਵਿੱਚ ਹੋਇਆ ਠੰਡ ਨਾਲ ਸਰੀਰ ਕੰਬੜਿਆ ਸੀ ਬਾਪੂ ਕਹਿੰਦਾ ਮੇਰੇ ਪੁੱਤਰ ਨੂੰ ਤੁਸੀਂ ਮਾਰਨਾ ਦੇਣਾ ਹੀ ਹੈ ਇਹਨੂੰ ਕੱਪੜੇ ਤੇ ਪਵਾ ਦਿਓ ਆਪਣੇ ਕੱਪੜੇ ਲਾ ਕੇ ਦੇਣ ਲੱਗਾ ਬਾਪੂ ਤਰਲੋਕ ਸਿੰਘ ਤੇ ਕੋਲ ਖਲੋਤਾ ਇੰਸਪੈਕਟਰ ਕਹਿੰਦਾ ਬਾਪੂ ਇਹ ਕੱਪੜੇ ਸਤਵੰਤ ਸਿੰਘ ਨੂੰ ਨਹੀਂ ਦਿੱਤੇ ਜਾਣੇ ਮੁਲਾਕਾਤ ਹੋਈ ਗੱਲਾਂ ਬਾਤਾਂ ਚੱਲ ਰਹੀਆਂ ਹੀ ਸਤਵੰਤ ਤੇਰਾ ਸੁਰਿੰਦਰ ਕੌਰ ਨੂੰ ਮਿਲਣ ਜੀ ਨਹੀਂ ਕਰਦਾ ਯਾਦ ਰੱਖੋ ਭਾਈ ਸਤਵੰਤ ਸਿੰਘ ਦੀ ਮੰਗਣੀ ਹੋਈ ਹੈ ਸਤਵੰਤ ਸਿੰਘ ਕਹਿਣ ਲੱਗਾ ਬਾਪੂ ਜੀ ਤੇ ਕਰਦਾ ਪਰ ਜੇਲ੍ਹ ਵਿੱਚ ਕੋਈ ਮਿਲਾਊਗਾ ਕੌਣ ਕਹਿੰਦਾ ਪੁੱਤਰਾ ਮੈਂ ਅਗਲੀ ਮੁਲਾਕਾਤ ਤੇ ਆਪਣੀ ਨੂੰਹ ਨੂੰ ਨਾਲ ਲੈ ਕੇ ਆਵਾਂਗਾ ਤੇਰੀ ਮੁਲਾਕਾਤ ਕਰਾਵਾਂਗਾ ਬਾਪੂ ਤਰਲੋਕ ਸਿੰਘ ਬੀਬੀ ਸੁਰਿੰਦਰ ਕੌਰ ਨੂੰ ਤਿਆਰ ਜੇਲ੍ਹ ਵਿੱਚ ਲੈ ਕੇ ਗਏ ਤੇ ਸਮੇਂ ਦੇ ਹਾਕਮਾਂ ਨੇ ਬੀਬੀ ਸੁਰਿੰਦਰ ਕੌਰ ਦੀ ਮੁਲਾਕਾਤ ਨਹੀਂ ਕਰਨ ਦਿੱਤੀ ਉਹਨੇ ਆਖਿਆ ਮੰਗਣੀ ਹੋਈ ਹੈ ਨਾ ਅਜੇ ਸ਼ਾਦੀ ਤੇ ਨਹੀਂ ਹੈ ਨਾ ਹੋਈ ਅਸੀਂ ਇਹਦੀ ਮੁਲਾਕਾਤ ਨਹੀਂ ਕਰਨ ਦੇਵਾਂਗੇ ਸਾਰੇ ਪਰਿਵਾਰ ਨੇ ਬੀਬੀ ਸੁਰਿੰਦਰ ਕੌਰ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਤੇਰੀ ਸਤਵੰਤ ਸਿੰਘ ਦੇ ਮੁੰਡੇ ਭਾਬੀ ਨਾਲ ਸ਼ਾਦੀ ਕਰ ਦਿੰਦੇ ਹਾਂ ਭਾਬੀ ਹੋਣ ਦੇ ਨਾਤੇ ਤੂੰ ਮੁਲਾਕਾਤ ਕਰਦੇ ਹੀ ਉਸ ਸ਼ੇਰ ਬੱਚੀ ਨੇ ਆਖਿਆ ਕਿ ਕਿਸੇ ਹੋਰ ਦੀ ਹੋਣ ਦੇ ਨਾਲ ਮੈਂ ਸਤਵੰਤ ਸਿੰਘ ਦੀ ਵਿਧਵਾ ਆਖਵਾ ਕੇ ਆਪਣੀ ਜ਼ਿੰਦਗੀ ਕੱਟ ਲਵਾਂਗਾ ਜੇ ਮੈਂ ਸ਼ਾਦੀ ਕਰਾਂਗੀ ਤੇ ਕੇਵਲ ਤੇ ਕੇਵਲ ਸਤਵੰਤ ਸਿੰਘ ਨਾਲ ਕਰਾਂਗਾ ਯਾਦ ਰੱਖੋ ਉਹ ਵੀ ਜਿਸ ਦੁਨੀਆਂ ਨੇ ਵੇਖਿਆ ਕਿ ਜਦੋਂ ਸਾਡੇ ਘਰਾਂ ਵਿੱਚ ਸੂਰਮਿਆਂ ਨੂੰ ਪੜ੍ਹ ਕੇ ਛਾਪਾ ਮਾਰਦੀ ਸੀ ਨਾ ਤੇ ਸਾਡੇ ਰਿਸ਼ਤੇਦਾਰ ਦੇ ਦਰਵਾਜ਼ੇ ਆਉਣ ਤੱਕ ਰਹਿੰਦੇ ਸੀ ਕਿਤੇ ਤੇ ਇਹਦੇ ਤੁਹਾਡੇ ਕਰਕੇ ਕਿਤੇ ਸਾਡਾ ਟੱਪੜ ਨਾ ਮਾਰਿਆ ਜਾਵੇ ਭਾਗਾਂ ਵਾਲੇ ਸਾਰੀ ਦੁਨੀਆਂ ਦੇ ਹੋਰ ਇੱਕ
ਮਰਦ ਬਰਸਦੇ
ਸਿੱਖ ਬਣਦਾ ਹੈ, ਪਰ ਜਿਹੜਾ ਸ਼ਹੀਦ ਦਾ ਰੁਤਬਾ ਹੈ ਉੱਚਾ ਹੈ,
ਜੁਗਾਂ ਜੁਗਾਂ ਦੀ ਭਰਤੀ ਨਾਲੋਂ ਸ਼ਹੀਦ ਦਾ ਰੁਤਬਾ ਉੱਚਾ। ਜਿਸ ਪਰਿਵਾਰ ਦੇ ਅੰਦਰ ਸ਼ਹੀਦ ਪੈਦਾ ਹੁੰਦੇ ਨੇ ਉਸ ਪਰਿਵਾਰ ਦੀਆਂ ਇੱਕੀ ਕੁੜੀਆਂ ਤਰ ਜਾਂਦੀਆਂ। ਇੱਕ ਵਾਰ ਮੁੜ ਮੁੜ ਪਵਿੱਤਰ ਆਪਣੇ ਜੀ ਸਤਨਾਮ ਸ੍ਰੀ ਵਾਹਿਗੁਰੂ। ਸਚਾਈ ਹੈ ਕਿ ਬੁਲਬਲਾਂ ਦੇ ਪਿੰਜਰੇ ਤੇ ਕਦੇ ਬਾਜ ਨਹੀਂ ਹੁੰਦੇ, ਬੁਜਦਲਾਂ ਦੇ ਕੋਲੋਂ ਕਦੇ ਰਾਜ ਨਹੀਂ ਹੁੰਦੇ, ਤੇ ਜਿਹੜੀਆਂ ਕੌਮਾਂ ਚ ਸ਼ਹੀਦ ਪੈਦਾ ਨਹੀਂ ਹੁੰਦੇ ਉਹਨਾਂ ਕੌਮਾਂ ਦੇ ਸਿਰਾਂ ਤੇ ਕਦੇ ਤਾਜ ਨਹੀਂ ਹੁੰਦੇ। ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਸਿੱਖਾਂ ਦੀ ਲੱਥੀ ਹੋਈ ਪੱਗ ਸਿਰ ਤੇ ਸਜਾਈ ਸੀ, ਪਰ ਸਦਕੇ ਇਸ ਬੀਬੀ ਦੇ, ਬੀਬੀ ਸੁਰਿੰਦਰ ਕੌਰ ਦੇ, ਉਹਨੇ ਕਹਿਣ ਲੱਗੀ ਕਿ ਸਤਵੰਤ ਸਿੰਘ ਨੇ ਕੌਮ ਦੀ ਪੱਗ ਰੱਖੀ ਹੈ ਤੇ ਮੈਂ ਸਤਵੰਤ ਸਿੰਘ ਦੇ ਪੱਗ ਦੀ ਲਾਜ ਰੱਖਣੀ ਹੈ। ਇੱਕ ਵਾਰ ਮੁੱਖ ਨੂੰ ਬੜਾ ਪਵਿੱਤਰ ਆਪਣੇ ਜੀ ਸਤਨਾਮ ਸ੍ਰੀ ਵਾਹਿਗੁਰੂ। ਅੱਜ ਹਾਰੀ ਸਾਰੀ ਨੂੰ ਪਤਾ ਨਹੀਂ ਕਿ ਸ਼ਹੀਦਾਂ ਦਾ ਰੁਤਬਾ ਕੀ ਹੈ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਮਦਾਨੇ ਜੰਗ 'ਚ ਸ਼ਹੀਦ ਹੋਇਆ ਤੇ ਗਲ ਵਿੱਚ ਪੱਲਾ ਪਾ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਆ ਗਿਆ, ਬਾਪੂ ਮੈਨੂੰ ਆ ਗਿਆ ਬਖਸ਼ੋ, ਮੈਂ ਮਦਾਨੇ ਜੰਗ 'ਚ ਜਾ ਕੇ ਸ਼ਹੀਦੀ ਪਾਉਣੀ ਚਾਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਜੁਝਾਰ ਸਿੰਘ ਦਾ ਤੈਨੂੰ ਆਵਾਜ਼ ਮਾਰ ਕੇ ਭੇਜਦੇ ਤੇ ਸਿੱਖੀ ਕਮਜ਼ੋਰ ਹੋ ਜਾਣੀ ਸੀ। ਤੇਰਾ ਇਸ ਤਰ੍ਹਾਂ ਨਿਕਲਣਾ ਸਾਬਤ ਕਰਦਾ ਹੈ ਕਿ ਕਿਦੋਂ ਜਦੋਂ ਕੋਈ ਅਜੀਤ ਧਰਮ ਤੋਂ ਸ਼ਹੀਦ ਹੋਵੇਗਾ ਤੇ ਉਹਦੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਲੱਖਾਂ ਜੁਝਾਰ ਆਪਣੇ ਸਿਰ ਤੇ ਖੱਫੜ ਬੰਨ ਕੇ ਮਦਾਨੀ ਜੰਗ ਵਿੱਚ ਨਿਕਲ ਪੈਂਦਾ। ਭਗਤਾਂ ਵਾਲਿਓ, ਉਸ ਬੀਬੀ ਨੇ ਆਖਿਆ ਕਿ ਸਤਵੰਤ ਸਿੰਘ ਦਾ ਛੋਟਾ ਭਰਾ ਮੇਰਾ ਭਰਾ ਲੱਗਦਾ ਹੈ, ਮੈਂ ਜੇ ਸ਼ਾਦੀ ਕਰਾਂਗੀ ਤੇ ਸਤਵੰਤ ਸਿੰਘ ਦੇ ਨਾਲ ਕਰਾਂਗੀ। ਸਮਝਾਉਣਾ ਸ਼ੁਰੂ ਕੀਤਾ ਆਗੂਆਂ ਨੇ ਕਿ ਸਤਵੰਤ ਸਿੰਘ ਜੇਲ੍ਹ ਵਿੱਚ ਬੈਠਾ ਹੈ, ਵੇਲੇ ਦੀ ਸਰਕਾਰ ਨੇ ਉਹਨੂੰ ਫਾਂਸੀ ਟੰਗ ਦੇਣਾ ਹੈ, ਤੇਰੀ ਸ਼ਾਦੀ ਨਹੀਂ ਹੋ ਸਕਦੀ। ਉਹਨੇ ਇੱਕ ਉਦਾਹਰਣ ਦਿੱਤੀ ਉਸ ਸ਼ੇਰ ਬੱਚੀ ਨੇ, ਇੱਕ ਮੁਮਤਾਜ ਇਤਿਹਾਸ ਦੇ ਬੰਦਿਆਂ ਤੇ ਬੀਬੀ ਮੁਮਤਾਜ ਹੋਈ ਹੈ, ਉਹ ਮੁਮਤਾਜ ਹੋਈ ਹੈ ਜਿਹਦੀ ਯਾਦ ਵਿੱਚ ਤਾਜ ਮਹਿਲ ਬਣਿਆ। ਪਰ ਜਿਸ ਮੁਮਤਾਜ ਦੀ ਗੱਲ ਮੈਂ ਕਰਦਿਆਂ, ਇਹਦੀ ਯਾਦ ਵਿੱਚ ਗੁਰਦੁਆਰਾ ਭੱਠਾ ਸਾਹਿਬ ਬਣਿਆ। ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਬਾ ਬਚਿੱਤਰ ਸਿੰਘ ਜ਼ਖਮੀਏ ਲੈ ਕੇ ਆ ਰਹੇ ਸਨ ਤੇ ਨਿਹੰਗਾਂ ਦੀ ਹਵੇਲੀ ਵਿੱਚ ਆਏ। ਨਿਹੰਗ ਖਾਂ ਕਹਿਣ ਲੱਗਾ, ਮੈਂ ਸੇਵਾ ਕਰਨੀ ਚਾਹੁੰਦਾ ਹਾਂ। ਗੁਰੂ ਗੋਬਿੰਦ ਸਿੰਘ ਕਹਿੰਦਾ, ਮੇਰੇ ਸਿੰਘ ਦੀ ਸੇਵਾ ਕਰ ਦਿਓ, ਮੇਰੀ ਸੇਵਾ ਪ੍ਰਵਾਨ ਹੋ ਜਾਵੇ। ਅੱਧੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਥੋਂ ਅੱਗੇ ਚਮਕੌਰ ਦੀ ਗੜੀ ਨੂੰ ਪਹੁੰਚ ਗਏ। ਘੇਰਾ ਪੈ ਗਿਆ ਪੁਲਿਸ ਦਾ, ਮੁਗਲ ਹਕੂਮਤ ਦੇ ਪਰਿੰਦੇ ਚੜ੍ਹ ਕੇ ਆ ਗਏ, ਤਲਾਸੀ ਲਈ ਜਾਣ ਲੱਗੀ। ਨਿਹੰਗ ਖਾਂ ਕਹਿਣ ਲੱਗਾ ਵੀ ਇਸ ਕਮਰੇ 'ਚ ਮੇਰੀ ਬੱਚੀ ਤੇ ਮੇਰਾ ਜਵਾਈ ਸੁੱਤਾ ਪਿਆ। ਉਸ ਮੁਸਲਮਾਨ ਬੱਚੀ ਨੇ ਆਪਣਾ ਸਿਰ ਜ਼ਖਮੀ ਬਚਿੱਤਰ ਸਿੰਘ ਦੇ ਚਰਨਾਂ ਤੇ ਰੱਖ ਦਿੱਤਾ, ਆਪਾਂ ਜਾਂ ਬੜੀ ਕਿਰਪਾ ਕੀਤੀ ਹੈ, ਜੇ ਤੇ ਬਚ ਗਿਆ ਮੈਂ ਇਹਦੇ ਨਾਲ ਨਿਕਾਹ ਕਰਾ ਲਵਾਂਗੀ, ਸ਼ਾਦੀ ਕਰਵਾ ਲਵਾਂਗੀ, ਜੇ ਸ਼ਹੀਦੀ ਪਾ ਗਿਆ ਤੇ ਸਾਰੀ ਜ਼ਿੰਦਗੀ ਇਹਦੀ ਯਾਦ ਵਿੱਚ ਗੁਜ਼ਾਰ ਦੇਵਾਂਗੀ। ਬਾਬਾ ਬਚਿੱਤਰ ਸਿੰਘ ਸ਼ਹੀਦ ਹੋ ਗਿਆ, ਉਸ ਬੱਚੀ ਨੇ ਆਪਣੀ ਜ਼ਿੰਦਗੀ ਬਾਬਾ ਬਚਿੱਤਰ ਸਿੰਘ ਦੇ ਨਾਂ ਤੇ ਸਾਰੀ ਜ਼ਿੰਦਗੀ ਗੁਜ਼ਾਰ ਲਈ। ਅੱਜ ਵੀ ਗੁਰਦੁਆਰਾ ਭੱਠਾ ਸਾਹਿਬ ਜਾਓ, ਬਾਬਾ ਬਚਿੱਤਰ ਸਿੰਘ ਦਾ ਜੋੜਾ ਦਸਤਾਰ ਪਟਾਰ ਜਿਹਦੇ ਦਰਸ਼ਨ ਕਰਵਾਏ ਜਾਂਦੇ ਨੇ ਉਸ ਬੀਬੀ ਨੇ ਸਾਂਭ ਕੇ ਰੱਖਿਆ। ਪੁਲਿਸ ਇੰਨਾ ਕਹਿਣ ਤੇ ਮੁੜ ਗਈ ਕਿ ਇਸ ਕਮਰੇ 'ਚ ਮੇਰਾ ਧੀ ਤੇ ਮੇਰਾ ਜਵਾਈ ਸੁੱਤੇ ਪਏ ਨੇ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਭਾਈ ਦਲਜੀਤ ਸਿੰਘ ਦੀ ਕਿਤਾਬ ਹਿੰਦੁਸਤਾਨੀ ਅੱਤਵਾਦ, ਉਹਦੇ 'ਚ ਇੱਕ ਘਟਨਾ ਲਿਖਦਾ ਹੈ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਬਾਬਾ ਜਗਿੰਦਰ ਸਿੰਘ ਨਿੱਕੂ ਗਿੰਦ ਕੀਲੀ ਬੋਦਲਾ ਕਿਸੇ ਦੇ ਘਰੋਂ ਪ੍ਰਸ਼ਾਦਾ ਛਕ ਰਿਹਾ ਸੀ। ਪੁਲਿਸ ਨੇ ਘੇਰਾ ਪਾ ਲਿਆ, ਬਾਬਾ ਜਗਿੰਦਰ ਸਿੰਘ ਜੀ ਘੇਰੇ ਵਿੱਚੋਂ ਨਿਕਲ ਗਏ। ਪੁਲਿਸ ਦੇ ਬੰਦਿਆਂ ਨੇ ਉਸ ਪਰਿਵਾਰ ਦੇ ਜੀਆਂ ਨੂੰ ਧਰੇਕ ਦੇ ਨਾਲ ਬੰਨ ਕੇ ਉਹਨਾਂ ਦਾ ਸਰੀਰ ਕੱਦੂ ਕੱਚ ਕਰਕੇ
ਪੰਡਰਾਉਣ ਪਾ ਪਾ ਕੇ ਤਲਾਕ ਦੇ ਜੀਆਂ ਨੂੰ ਖਤਮ ਕਰ ਦਿੱਤਾ। ਅੱਜ ਵੀ ਧਰੇਗਾ ਕਿੱਲੀ ਮੋਦਰਾ ਪਿੰਡ ਵਿੱਚ ਇਸ ਜੁਰਮ ਦੀ ਦਾਸਤਾਨ ਸੁਣਦੀ। ਇੱਧਰ ਉਸ ਬੱਚੀ ਦੀ ਗੱਲ ਕਰਾਂ ਬੀਬੀ ਸੁਰਿੰਦਰਪੁਰ ਦੀ। ਬੀਬੀ ਸੁਰਿੰਦਰਪੁਰ ਕਹਿੰਦੀ ਜੇ ਕਿਤੇ ਮੁਸਲਮਾਨ ਔਰਤ ਆਪਣੀ ਜ਼ਿੰਦਗੀ ਸਿੰਘ ਦੇ ਲੇਖੇ ਲਾ ਸਕਦੀ ਹੈ ਤੇ ਮੈਂ ਤੇ ਉਸ ਸਿੰਘ ਦੇ ਲੇਖੇ ਲਾਉਣੀ ਜਿਹਨੇ ਕੌਮ ਦੀ ਪੱਗ ਸਿਰ ਤੇ ਰੱਖੀ। ਮੈਂ ਉਹਦੀ ਤਸਵੀਰ ਦੇ ਨਾਲ ਸ਼ਾਦੀ ਕਰ ਲਵਾਂਗੀ, ਉਹਦੀ ਫੋਟੋ ਦੇ ਨਾਲ ਸ਼ਾਦੀ ਕਰ ਲਵਾਂਗੀ। ਦੁਨੀਆਂ ਦੇ ਬੜੇ ਵਿਆਹ ਹੋਏ ਨੇ, ਕੋਈ ਕਹਿੰਦਾ ਮੇਰੇ ਵਿਆਹ ਦੇ ਹੈਲੀਕਾਪਟਰ ਫੁੱਲ ਸੁੱਟੇ ਤੇ ਤਾਂ ਵਿਆਹ ਚੰਗਾ ਲੱਗਦਾ, ਪਰ ਸਾਰੇ ਸੰਸਾਰ ਤੋਂ ਅਨੋਖਾ ਵਿਆਹ ਬੀਬੀ ਸੁਰਿੰਦਰ ਕੌਰ ਦਾ ਹੋਇਆ। ਆਓ ਵੀ ਤੱਕੀਏ ਬਿਨਾਂ ਲਾਜ ਉਹਦੀ ਬਰਾਤ ਤੁਰਦੀ ਹੈ ਤੇ ਕਿਹੜੇ ਸੰਸਾਰ ਦੇ ਉੱਤੇ ਅਨੋਖੀ ਸ਼ਾਦੀ ਬੀਬੀ ਸੁਰਿੰਦਰ ਕੌਰ ਦੀ ਹੋ ਰਹੀ ਹੈ। ਉਸ ਵੇਲੇ ਦੇ ਨਕਸ਼ਲ ਮੇਰੇ ਨਾਲ ਦੇ ਸਾਥੀ ਨਾਲ ਲੜਾ ਰਹੀ ਇੰਜ ਵਿਆਹ ਕਰ ਦੁਨੀਆਂ ਮਾਰਿਓ ਪਾਣੀ ਲਾਓ ਇਹ ਹਿਸਟਰੀ ਸਭੇ ਜਗ ਦੇ ਵਿੱਚ ਮਿਸਾਲ ਨਾ ਹੋਰ ਐਸੀ ਲੰਬੇ ਹਾਂਜੀ ਲੰਬੇ ਪਰੇਸ਼ਾਨ ਦਾ ਖਾਂਦਾ ਪਰੇਸ਼ਾਨ ਦਾ ਇਹ ਤਿਹਾਰ
ਜਦ ਜਲੇ ਲਗਾਇਆ ਮਨੋ ਕੰਨਾ ਹਿੱਲਿਆ ਹਰ ਦਿਲ ਕੋ ਲਾਇਆ ਹਾਂ ਕੋ ਲਾਇਆ ਇਹ ਕੋਈ ਭੈਣਾ ਵੀ ਹਨ ਜਲ ਭੈਣ ਪਿਆਰੀ ਦੁਨੀਆ ਨਾਲੋਂ ਵੱਖਰੀ ਇਹ ਸ਼ਾਦੀ ਵਿਆਹੀ ਹਾਂ ਸ਼ਾਦੀ ਵਿਆਹੀ ਉਹ ਵਿਦਿਆ ਕੀਤੀ ਪਿਤਾ ਨੇ ਜਦ ਬੱਚੀ ਜਦ ਤੁਰ ਪਈ ਡੋਲੀ ਹਾਂ ਤੁਰ ਪਈ ਡੋਲੀ ਇਹ ਆ ਕੇ ਪਿੰਡੀਆਂ ਜਵਾਨੂ ਚੰਦ ਜੀ ਪਰਵਾਰੀ ਦੁਨੀਆਂ ਨਾਲੋਂ ਵੱਖਰੀ ਇਹ ਸ਼ਾਦੀ ਵਿਆਹੀ ਹਾਂ ਸ਼ਾਦੀ ਵਿਆਹੀ ਰੋਣ ਸਿਰ ਤੋਂ ਮਾਰ ਕੇ ਮਾਂ ਪੀਤਾ ਪਾਣੀ ਜੁਗਾਂ ਦੀ ਗਲੀ ਫੁੱਲਣੀ ਇਹ ਅੰਮ੍ਰਿਤ ਗੋਦ ਵਿੱਚ ਸੱਜ ਬੈਠੇ
ਮੇਰੀਆਂ ਭੈਣਾਂ, ਮੇਰੇ ਬਜ਼ੁਰਗ, ਮੇਰੇ ਵੀਰ, ਫਤਿਹ ਅੱਜ ਕਰਦਾ, ਫਤਿਹ ਦਾ ਜਵਾਬ ਫਤਿਹ ਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਬਹੁਤ ਹੀ ਸਿੱਖ ਪੰਥ ਲਈ, ਸਿੱਖ ਕੌਮ ਲਈ ਵਡਭਾਗਾ ਦਿਹਾੜਾ ਕਿ ਅਸੀਂ ਅੱਜ ਆਪਣੇ ਸਿੱਖ ਜਰਨੈਲ ਸ਼ਹੀਦ ਭਾਈ ਸਵਿੰਦਰ ਸਿੰਘ ਜੀ ਸੋਲ ਦੇ ਨਾਲ ਉਹਨਾਂ ਦੇ ਸਾਥੀ ਤੇ ਇਸ ਨਗਰ ਦੇ ਹੋਰ ਸਾਥੀ ਜਿਨ੍ਹਾਂ ਨੇ ਸਿੱਖਾਂ ਦੇ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰਦਿਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ। ਮੈਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਨਾਲ ਹੀ ਇੱਕ ਦੋ ਚਾਰਾਂ ਕਰਕੇ ਮੈਂ ਖਿਮਾ ਦੇ ਜਾ ਕੇ ਪਾਉਣਾ, ਕਿਉਂਕਿ ਸਾਡੇ ਕੋਲ ਅਖੰਡ ਕੀਨੀ ਜਥੇ ਦੇ ਆਗੂ ਮਾਸਟਰ ਬਲਦੇਵ ਸਿੰਘ ਜੀ ਤਨਤਾ, ਭਾਈ ਮਨਜੀਤ ਸਿੰਘ ਜੀ ਖਰੂ ਵੀ ਪਹੁੰਚੇ ਨੇ ਤੇ ਨਾਲ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਨਾ ਤੇ ਉਸ ਤੋਂ ਬਾਅਦ ਪੰਥ ਦੇ ਢਾਡੀ ਉਹਨਾਂ ਨੇ ਵੀ ਆਪਣੀਆਂ ਵਾਹਾਂ ਆਪ ਜੀ ਦੇ ਨਾਲ ਸਰਵਰ ਕਰਨੀਆਂ। ਸੋ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਖਾਲਿਸਤਾਨ ਦਾ ਸੰਘਰਸ਼ ਜਿਹੜਾ ਚੱਲਿਆ, ਜਿਹਦੇ ਵਿੱਚ ਸਾਡੇ ਇਹਨਾਂ ਵੀਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਅੱਜ ਦੇ ਵਿੱਚ 30 ਸਾਲਾਂ ਦੇ ਵਿੱਚ ਵਿੱਚ ਸਾਰਾ ਸਿਸਟਮ ਹੀ ਜਿਹੜਾ ਉਹ ਖਰਾਬ ਹੋ ਚੁੱਕਾ। ਅੱਜ ਕਈ ਵਾਰੀ ਜਦੋਂ ਖਾਲਿਸਤਾਨ ਦੇ ਪ੍ਰਤੀ ਗੱਲਬਾਤ ਚੱਲਦੀ ਹੈ ਤੇ ਸਾਰੇ ਉੱਤੋਂ ਸਵਾਲ ਇਹ ਕਰਦੇ ਆ ਕਿ ਬਈ ਛੋਟਾ ਜਿਹਾ ਖਾਲਿਸਤਾਨ ਲੈ ਕੇ ਆਪਾਂ ਕੀ ਕਰਾਂਗੇ, ਆਪਾਂ ਜਿੱਥੇ ਹੈਗੇ ਆ ਬਿਲਕੁਲ ਠੀਕ ਹੈਗੇ ਆ। ਜਦੋਂ ਅਸੀਂ ਉਹਨਾਂ ਦੀ ਇਹ ਗੱਲ ਸੁਣਦੇ ਹਾਂ ਤੇ ਮਨ ਦੇ ਵਿੱਚ ਇੱਕ ਅਫਸੋਸ ਹੁੰਦਾ ਕਿ ਜਿਹੜਾ ਪੰਜਾਬ ਆ ਇਹਦੀ ਚੱਪਾ ਚੱਪਾ ਧਰਤੀ ਸਾਡੇ ਇਹਨਾਂ ਵੀਰਾਂ ਦੇ ਲਹੂ ਦੇ ਨਾਲ ਸਿੰਜੀ ਆ, ਸਿੱਲੀ ਹੋਈ ਆ, ਪਰ ਉਹਨਾਂ ਨੇ ਇਹ ਸ਼ਹਾਦਤਾਂ ਕਿਉਂ ਦਿੱਤੀਆਂ? ਕਿਉਂਕਿ ਅੱਜ ਜ਼ਿੰਦਗੀ ਸਾਰਿਆਂ ਨੂੰ ਬਹੁਤ ਪਿਆਰੀ ਲੱਗਦੀ ਆ, ਪਰ ਮੌਤ ਦੇ ਨਾਲ ਉਹ ਕਿਉਂ ਆਪਣੀ ਲਾੜੀ ਮੌਤ ਨੂੰ ਬਣਾ ਗਏ? ਕਾਰਨ ਕੀ ਸੀਗਾ? ਉਹ ਖਾਲਿਸਤਾਨ ਕੀ ਸੀਗਾ? ਖਾਲਿਸਤਾਨ ਕਿਹਨੂੰ ਕਿਹਾ ਗਿਆ? ਪਰਮ ਸਤਿਕਾਰਯੋਗ, ਜਦੋਂ ਕੋਈ ਕੌਮਾਂ ਆਜ਼ਾਦ ਹੁੰਦੀਆਂ ਤੇ ਉਹ ਆਪਣੇ ਤਰੀਕੇ ਦੇ ਨਾਲ ਇਤਿਹਾਸ ਜਿਹੜਾ ਉਹ ਲਿਖਦੀਆਂ। ਜਦੋਂ 1947 ਦੇ ਵਿੱਚ ਭਾਰਤ ਆਜ਼ਾਦ ਹੋਇਆ, ਬਹੁਤ ਜਣਿਆਂ ਨੂੰ ਹੋ ਸਕਦਾ ਜਾਣਕਾਰੀ ਹੋਵੇ ਜਾਂ ਨਾ ਹੋਵੇ, ਮੈਂ ਉਹ ਜਾਣਕਾਰੀ ਥੋੜ੍ਹੀ ਜਿਹੀ ਦੇਣੀ ਚਾਹੁੰਦਾ ਕਿ 1947 ਦੇ ਵਿੱਚ ਜਿਹੜੀ ਵੰਡ ਹੋਈ ਹੈ ਉਹ ਇਹ ਮਤ ਸੋਚੋ ਕਿ ਪਾਕਿਸਤਾਨ ਦੀ ਜਾਂ ਇੰਡੀਆ ਦੀ ਵੰਡ ਹੋਈ ਹੈ। ਇੱਥੋਂ ਦੇ ਬੈਠੇ ਬ੍ਰਾਹਮਣਵਾਦ ਨੇ ਉਹ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਨਹੀਂ ਕੀਤੀ, ਉਹ ਜਿੱਥੇ ਸਾਡੇ ਸਿੱਖਾਂ ਦਾ ਰਾਜ ਸੀਗਾ, ਜਿੱਥੇ ਸਾਡੇ ਸਿੱਖਾਂ ਦੇ ਪਹਿਲੇ ਬਾਦਸ਼ਾਹ ਜਿਨ੍ਹਾਂ ਨੇ ਆਪਣਾ ਤਖ਼ਤ ਬਣਾਇਆ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਤੇ ਉਸ ਤੋਂ ਬਾਅਦ ਦੇ ਸਾਡੇ ਅਖੀਰ ਦੇ ਰਾਜੇ ਜਿਨ੍ਹਾਂ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਨਾਮ ਦੇ ਨਾਲ ਜਾਣਦੇ ਹਾਂ, ਅੱਜ ਉਹਦੀ
ਕਰ ਦਿੱਤੇ ਗਏ। ਜਿਹੜਾ ਇੱਕ ਹਿੱਸਾ ਚੜ੍ਹਦਾ ਪੰਜਾਬ ਬਣਿਆ ਤੇ ਦੂਜਾ ਹਿੱਸਾ ਲਹਿੰਦਾ ਪੰਜਾਬ ਬਣਿਆ, ਤੇ ਅੱਜ ਉਸ ਹਿੱਸੇ ਵਾਸਤੇ ਉਸ ਖਿੱਤੇ ਵਾਸਤੇ ਜਿਹੜੀ ਲੜਾਈ ਸੀਗੀ ਇਹਨਾਂ ਵੀਰਾਂ ਨੇ ਕੀਤੀ ਸੀਗੀ ਕਿ ਸਾਡਾ ਉਹ ਖਿੱਤਾ ਉਹ ਸਾਡਾ ਪੰਜਾਬ ਪੂਰਾ ਜਿਹਦੇ ਉੱਤੇ ਸਾਡੇ ਗੁਰੂਆਂ ਨੇ ਆਪਣੇ ਝੰਡੇ ਚੜ੍ਹਾਏ ਸੀਗੇ, ਜਿਹਦੇ ਉੱਤੇ ਸਾਡੇ ਗੁਰੂਆਂ ਨੇ ਜਨਮ ਸਮਾਨ ਧਰਤੀਆਂ ਨੇ ਉਹ ਸਾਡਾ ਵਾਪਸ ਦਿੱਤੀਆਂ ਜਾਣ। ਅੱਜ ਮੈਂ ਕਈ ਵਾਰੀ ਮਿਲਦਾ ਪਾਕਿਸਤਾਨ ਜਾਣ ਦੀ ਗੱਲ ਆਉਂਦੀ ਹੈ ਤੇ ਮੈਂ ਨੌਜਵਾਨ ਵੀਰਾਂ ਨੂੰ ਕਈਆਂ ਨੂੰ ਕਹਿੰਦਾ ਕਿ ਪਾਕਿਸਤਾਨ ਜਾ ਕੇ ਆਪਣੇ ਧਰਤੀ ਦੇ ਜਿੱਥੋਂ ਸਾਡੀ ਸਿੱਖੀ ਦਾ ਤੁਰਾ ਨਨਕਾਣਾ ਸਾਹਿਬ ਸ਼ੁਰੂ ਹੁੰਦਾ, ਸਾਡੀ ਸਿੱਖੀ ਜਿਹੜੀ ਜਨਮ ਪੈਦਾਸ਼ ਜਿੱਥੋਂ ਹੋਈ ਹੈ ਨਨਕਾਣਾ ਸਾਹਿਬ ਤੋਂ, ਜਿੱਥੇ ਗੁਰੂ ਨਾਨਕ ਸਾਹਿਬ ਨੇ ਜਨਮ ਦਿਹਾੜਾ ਜਿੱਥੇ ਜਨਮ ਲਿਆ ਉਹਦੇ ਦਰਸ਼ਨ ਕਰਕੇ ਆਓ। ਪਰ ਮੈਂ ਕਹਿੰਦਾ ਇੰਨੀ ਗਿਰਾਵਟ ਦੇ ਵਿੱਚ ਆਪਾਂ ਚਲੇ ਗਏ ਹਾਂ ਕਿ ਅਸੀਂ ਕਹਿੰਦੇ ਹਾਂ ਨਹੀਂ, ਜੇ ਆਪਾਂ ਪਾਕਿਸਤਾਨ ਚਲੇ ਗਏ ਤੇ ਅਸੀਂ ਹੋਰ ਕਿਸੇ ਮੁਲਕ ਜਾ ਨਹੀਂ ਸਕਦੇ। ਪਰ ਸਤਿਕਾਰਯੋਗ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਅੰਦਰ ਵਹਿਮ ਪਾਏ ਗਏ ਨੇ, ਇਹ ਵਹਿਮਾਂ ਨੂੰ ਬਿਲਕੁਲ ਖਤਮ ਕਰੋ, ਖਤਮ ਕਰਕੇ ਉਸ ਧਰਤੀ ਦੇ ਉਸ ਪਾਤਸ਼ਾਹ ਦੇ ਦਰਸ਼ਨ ਕਰਕੇ ਆਓ ਜਿਨ੍ਹਾਂ ਨੇ ਅਸੀਂ ਬਦੌਲਤ ਅੱਜ ਇੱਥੇ ਸਟੇਜਾਂ ਤੇ ਖੜੇ ਹਾਂ, ਜਿਨ੍ਹਾਂ ਨੇ ਅੱਜ ਸ਼ਹਾਦਤਾਂ ਦੇ ਕੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਉਸ ਧਰਤੀ ਨੂੰ ਪ੍ਰਾਪਤ ਕਰਨ ਵਾਸਤੇ ਲੜਾਈਆਂ ਲੜੀਆਂ, ਅੱਜ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਹਾਂ। ਸੋ ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਖਾਲਿਸਤਾਨ ਹੈ ਉਹ ਕੋਈ ਵੱਖਰਾ ਕੋਈ ਇਹਨਾਂ ਨੇ ਰੱਬ ਨਹੀਂ ਸੀਗਾ ਕੀਤਾ, ਉਹ ਸਾਡੇ ਗੁਰੂਆਂ ਦੀ ਧਰਤੀ ਹੈ, ਉਹ ਸਾਡੇ ਇੱਧਰ ਦੀ ਧਰਤੀ ਜਿਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ, ਉਹਦੇ ਦੋ ਹਿੱਸੇ ਵੰਡ ਦਿੱਤੇ ਗਏ, ਅਸੀਂ ਉਸ ਹਿੱਸੇ ਦੀ ਪ੍ਰਾਪਤੀ ਵਾਸਤੇ ਲੜਾਈ ਕੀਤੀ ਹੈ ਤੇ ਜਿਹਦੇ ਵਿੱਚ ਸਾਡੇ ਵੱਡਿਆਂ ਵੀਰਾਂ ਨੇ ਸਾਡੇ ਭਰਾਵਾਂ ਨੇ ਸ਼ਹਾਦਤਾਂ ਦਿੱਤੀਆਂ, ਉਸ ਸੰਘਰਸ਼ ਨੂੰ ਅੱਗੇ ਤੋਰਨਾ ਚਾਹੀਦਾ। ਅੱਗੇ ਤੋਰ ਕੇ ਉਹ ਦਿਨ ਦੌੜ ਨਹੀਂ ਗਾ, ਜਿਹੜੇ ਸ਼ਹਾਦਤਾਂ ਇਹਨਾਂ ਨੇ ਦਿੱਤੀਆਂ ਇਹ ਰੰਗ ਜ਼ਰੂਰ ਲੈ ਕੇ ਆਉਣਗੀਆਂ। ਤੇ ਸੋ ਮੇਰੀ ਬੇਨਤੀ ਹੈ ਭੈਣਾਂ ਦੇ ਕੋਲ, ਬੇਟੀਆਂ ਦੇ ਕੋਲ ਕਿ ਆਪਣੇ ਆ ਬੱਚਿਆਂ ਨੂੰ ਜਿੱਥੇ ਆਪਾਂ ਵੱਧ ਤੋਂ ਵੱਧ ਪੜ੍ਹਾਈ ਵਾਸਤੇ ਪ੍ਰੇਰਿਤ ਕਰਨਾ ਉੱਥੇ ਉਹਨੂੰ ਆਪਣੇ ਇਤਿਹਾਸ ਬਾਰੇ ਵੀ ਜਾਣੂ ਕਰਾਓ, ਤੇ ਆਪਣੇ ਲਾਗੇ ਜਾ ਕੇ ਹਰ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਲਿਖੀਏ ਕੰਮ ਕਰ ਰਿਹਾ ਕਈ ਪਾਕਿਸਤਾਨ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਲਈ ਜਾਣੇ, ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਜਿਹੜੇ ਉਹਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਜਾਓ। ਅੱਜ ਅਗਲੇ ਸਾਲ ਨੂੰ 550 ਸਾਲਾਂ ਜਿਹੜਾ ਆ ਪਾਕਿਸਤਾਨ ਦੇ ਵਿੱਚ ਬੜੀ ਵੱਡੀ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ। ਸੋ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਾਸਪੋਰਟ ਬਣਾ ਕੇ ਉਸ ਧਰਤੀ ਤੇ ਜਾਓ, ਇਹ 550 ਸਾਲਾਂ ਸਿਰਫ ਇੱਕੋ ਵਾਰੀ ਆਉਣਾ, ਉਸ ਤੋਂ ਬਾਅਦ ਸਾਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਆਉਣਾ, ਉਹ ਫਿਰ 50-100 ਸਾਲ ਬਾਅਦ ਆਊਗਾ। ਸੋ ਇਸ ਕਰਕੇ ਮੈਂ ਇਸ ਸਟੇਜ ਦੇ ਉੱਤੋਂ ਅੱਜ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਉਸ ਸਮਾਗਮ ਦੇ ਵਿੱਚ ਵੱਧ ਚੜ ਕੇ ਪਾਕਿਸਤਾਨ ਜਾ ਕੇ ਆਪਣੇ ਪਹਿਲੇ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਸਥਾਨ ਉੱਤੇ ਜਾ ਕੇ ਮਸਤਕ ਹੋ ਕੇ ਆਓ। ਸੋ ਸ਼ਰਧਾ ਤੇ ਹੋਰ ਭੇਟ ਕਰਦਾ ਹਾਂ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਸੋਹਲ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਬੇਨਤੀ, ਇਹੋ ਹੀ ਤੁਹਾਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਿੱਖ ਪੰਥ ਦੀਆਂ ਇਹਨਾਂ ਜਿਹੜੀਆਂ ਸਾਡੀਆਂ ਲੜਾਈਆਂ ਜਿੰਨਾ ਤੋਂ ਅਸੀਂ ਆਪਣੀ ਮੰਗ ਕਰ ਰਹੇ ਹਾਂ ਉਸ ਮੰਗ ਨੂੰ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਈਏ ਤੇ ਉਹਨਾਂ ਦਾ ਸਾਥ ਦੇਈਏ, ਵੱਧ ਤੋਂ ਵੱਧ ਇਹਨਾਂ ਦੀਆਂ ਬਰਸੀਆਂ ਦੇ ਵਿੱਚ ਆਪਾਂ ਸ਼ਾਮਲ ਹੋਈਏ, ਸ਼ਾਮਲ ਹੋਵਾਂਗੇ ਤੇ ਇਹ ਸੰਘਰਸ਼ ਜਿਹੜਾ ਅੱਗੇ ਜਾਏਗਾ ਜੇ ਆਪਾਂ ਸ਼ਾਮਲ ਹੀ ਨਾ ਹੋਏ ਤੇ ਇਹ ਸੰਘਰਸ਼ ਅੱਗੇ ਜਾਣ ਤੋਂ ਰੋਕੂਗਾ। ਜਿੱਥੇ ਉੱਤੇ ਸਰਕਾਰਾਂ ਜ਼ੋਰ ਲਾ ਰਹੀਆਂ ਤੇ ਸਾਡਾ ਸਾਰਿਆਂ ਨੇ ਇਸ ਗੱਲ ਦਾ ਜ਼ੋਰ ਲੱਗਾ ਹੋਇਆ ਕਿ ਅਸੀਂ ਇਹਨਾਂ ਦੀਆਂ ਸ਼ਹਾਦਤਾਂ ਮਨਾਉਣੀਆਂ, ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਆ। ਸੋ ਤੁਹਾਡੇ ਸਾਥ ਦੀ ਜ਼ਰੂਰਤ ਹੈ, ਇਹਨਾਂ ਲੋਕਾਂ ਦੇ ਨਾਲ ਹੀ ਖਿਮਾ ਦਾ ਜਾਜਕ ਹੈ, ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਕਾਰੀ
ਜਿੰਦਰਪਾਲ ਸਿੰਘ ਜੀ ਤਾਲਕਪੁਰਾ ਅਕਾਲ ਖਾਲਸਾ ਦਲ ਜਥੇਬੰਦੀ ਵੱਲੋਂ ਹੁਣ ਮੈਂ ਬੇਨਤੀ ਕਰਾਂਗਾ ਅਤਿ ਸਤਿਕਾਰਯੋਗ ਮਾਸਟਰ ਬਲਦੇਵ ਸਿੰਘ ਜੀ ਅਖੰਡ ਕੀਰਤਨੀ ਜਥਾ ਜਿਨ੍ਹਾਂ ਦਾ ਬੜਾ ਵੱਡਾ ਉਪਰਾਲਾ ਹੈ ਭਾਵੇਂ ਸਰਦੇਵ ਸਿੰਘ ਬੱਬਰ ਦੀ ਬਖਸ਼ੀ ਹੋਵੇ ਭਾਵੇਂ ਹਰਜਿੰਦਰ ਸਿੰਘ ਜਿੰਦਾ ਭਾਈ ਸਰਦੇਵ ਸਿੰਘ ਸੁੱਖਾ ਦੀ ਬਖਸ਼ੀ ਹੋਵੇ ਹਰ ਇੱਕ ਸ਼ਹੀਦਾਂ ਦੀਆਂ ਬਰਸ਼ੀਆਂ ਤੇ ਜਾ ਕੇ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਨੇ ਇੱਥੇ ਵੀ ਆਏ ਨੇ ਜੀ ਆਇਆਂ ਹੁਣ ਆਪ ਜੀ ਦੇ ਸਨਮੁੱਖ ਮਾਸਟਰ ਬਲਦੇਵ ਸਿੰਘ ਜੀ ਅਖੰਡ ਕੀਰਤਨੀ ਜਥਾ ਤਨ ਧਰਮ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅਜ਼ਮੀ ਗ੍ਰੰਥ ਜੋ ਇੱਥੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਕਥਾ ਸ੍ਰੀ ਭਾਈ ਸੁਰਿੰਦਰ ਸਿੰਘ ਸਰੋਵਰ ਦੇ ਜਨਮ ਨਗਰ ਜਾਂ ਜਿੱਥੇ ਉਹਨਾਂ ਦੇ ਛੁੱਟੀਆਂ ਮਨਾਈਆਂ ਜਾ ਰਹੀਆਂ ਨੇ ਬਰਸੀਆਂ ਮਨਾਈਆਂ ਜਾ ਰਹੀਆਂ ਨੇ ਉਸ ਨਗਰ ਨੂੰ ਸ਼ਹੀਦਾ ਕਰਨ ਦਾ ਵਡਭਾਗਾ ਸਾਨੂੰ ਪ੍ਰਾਪਤ ਹੋਇਆ। ਇਸ ਦੇ ਪਿੱਛੇ ਮੇਰੇ ਸਾਥੀਆਂ ਦਾ ਦਿਮਾਗ ਕੰਮ ਕਰ ਰਿਹਾ ਹੈ। ਸੁਰਿੰਦਰਪਾਲ ਸਿੰਘ ਕਾਲ ਖਾਲਸਾ ਦਲ ਦੇ ਭਾਈ ਭਰਿੰਦਰ ਸਿੰਘ ਜੀ ਜੋ ਇਸ ਵੇਲੇ ਦੇਸ਼ ਚ ਨੇ ਭਾਈ ਸਾਹਿਬ ਜਥੇਦਾਰ ਬਲਦੇਵ ਸਿੰਘ ਜੋ ਧਰਮ ਪ੍ਰਚਾਰ ਦਾ ਧਰਮ ਪ੍ਰਚਾਰ ਕਰਦੇ ਸਨ ਪਿੰਡਾਂ ਵਿੱਚ ਚੱਲ ਕੇ ਉਹਨਾਂ ਦੇ ਜਲਾਣੇ ਤੋਂ ਬਾਅਦ ਖੰਡ ਕੀਤੀ ਜਥੇ ਦੇ ਮੈਂਬਰਾਂ ਵੱਲੋਂ ਅਕਾਲ ਖਾਲਸਾ ਦਲ ਤੇ ਹੋਰ ਸਿੰਘਾਂ ਵੱਲੋਂ ਸਾਥੀਆਂ ਵੱਲੋਂ ਦਾਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਧਰਮ ਪ੍ਰਚਾਰ ਮੁਹਿੰਮ ਦੀ ਤੇ ਨਾਲ ਦੇ ਨਾਲ ਸ਼ਹੀਦ ਸਿੰਘਾਂ ਦੀਆਂ ਬਰਸੀਆਂ ਉਹਨਾਂ ਤੇ ਪਹੁੰਚ ਕੇ ਖਾਲਸਾ ਜੀ ਮੈਂ ਇੱਕ ਗੱਲ ਕਹਾਂਗਾ ਕਿ ਧੰਨ ਹੋ ਜਿਹਨਾਂ ਨੇ ਗੁਰੂ ਦੇ ਬਚਨਾਂ ਤੇ ਪਹਿਰ ਸਤਿਗੁਰੂ ਜੀ ਬਚਨ ਕਹਿੰਦੇ ਨੇ ਪਹਿਲਾ ਵਾਰਡ ਕਬੂਲ ਜੀਵਨ ਕੀ ਸ਼ਰਤ ਖਾਸ ਹੋ ਸਕਤ ਕੀ ਰੇਣਕਾ ਔਰ ਤੁਹਾਰੇ ਪਾਸ ਅੰਮ੍ਰਿਤਧਾਰੀ ਜੀਵਨ ਤੋਂ ਪਹਿਲੇ ਸ਼ਰਤ ਹੈ ਗੁਰੂ ਦੀ ਗੁਰਸਿੱਖ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਭਾਈ ਜੇ ਤੂੰ ਮੇਰੇ ਵੱਲ ਆਉਣਾ ਮੇਰੇ ਦਰ ਤੇ ਆਉਣਾ ਤੇ ਮਰਨਾ ਕਬੂਲ ਦੇਖੋ ਦਸਵੇਂ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਦੀ ਚਾਰਧਾਰਾ ਇੱਕ ਹੈ। ਕਈ ਲੋਕ ਕਹਿ ਦਿੰਦੇ ਨੇ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਗੁਰੂ ਅੰਗਦ ਦੇਵ ਜੀ ਨੂੰ ਮੰਨਦੇ ਹਾਂ, ਗੁਰੂ ਅਮਰਦਾਸ ਜੀ ਨੂੰ ਮੰਨਦਾ ਹੈ, ਗੁਰੂ ਰਾਮਦਾਸ ਜੀ ਨੂੰ ਮੰਨਦੇ, ਗੁਰੂ ਅਰਜਨ ਦੇਵ ਜੀ ਨੂੰ ਮੰਨਦੇ। ਪਰ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਪਿੱਛੇ ਜੋਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਜੋੜ। ਕਿਸੇ ਦਾ ਨਜ਼ਰੀਆ ਵੱਖਰਾ ਹੋ ਸਕਦਾ ਹੈ, ਕੋਈ ਸ਼ਾਸਤ ਹੋ ਸਕਦਾ ਹੈ, ਜਿਹਨਾਂ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜਾਂ ਗਾਇਨਾ ਦਰਬਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹਨਾਂ ਨੇ ਆਪਣੇ ਜੀਵਨ ਵਿੱਚ ਇਹਨਾਂ ਜੰਗਾਂ ਜੁੱਤਾਂ ਦਾ ਜਿਹਨਾਂ ਸਮਾਂ ਬਹੁਤ ਲੰਬਾ ਲੰਘਿਆ ਤੇ 45 ਸਾਲਾਂ ਦੇ ਜੀਵਨ ਦੇ ਵਿੱਚ ਸੰਘਰਸ਼ ਲਈ ਜੀਵਨ ਜਿੱਧਰ ਵੀ ਦਸ਼ਮੇਸ਼ ਕਿੱਦਾਂ ਲੰਘ ਰਿਹਾ ਲਹਿਰਾਂ ਲੱਗੀਆਂ ਬਰਕਰ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਸੰਗਤਾਂ ਸਿੱਧੇ ਕਰਦੀਆਂ ਨੇ ਧੰਨ ਗੁਰੂ ਗੋਬਿੰਦ
ਗੁਰੂ ਗ੍ਰੰਥ ਸਾਹਿਬ ਨੂੰ ਅਰਸਾ ਜੀ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਗੱਲਾਂ ਨੇ। ਅੱਜ ਅਸੀਂ ਗੱਲ ਕਰ ਰਹੇ ਭਾਈ ਸੁਰਿੰਦਰ ਸਿੰਘ ਸੋਹਲ ਹਰ ਕਿਤੇ ਹੋ ਕੁਰਬਾਨੇ ਜਾਓ ਮਿਹਰਬਾਨਾ ਆਓ ਕੁਰਬਾਨੇ ਜਾਓ ਆਓ ਕੁਰਬਾਨੇ ਜਾਓ ਜਿਹੜਾ ਕਿਹਾ ਜਾਏ ਤੇਰਾ ਨਾਮ ਜਿਹੜੇ ਪਰਮੇਸ਼ਵਰ ਦਾ ਨਾਮ ਲੈਂਦੇ ਨੇ ਗੁਰੂ ਸਾਹਿਬ ਨੇ ਉਹਨਾਂ ਦੇ ਕੁਰਬਾਨ ਹੋਣ ਲਈ ਵੀ ਕਿਹਾ ਪਰ ਇਹਨਾਂ ਦੇ ਵੀ ਕੁਰਬਾਨ ਜਾਈਏ ਜਿਹਨਾਂ ਨੂੰ ਮਹਾਰਾਜ ਨੇ ਇੰਨਾ ਸਿਰਤ ਬਖਸ਼ਿਆ ਉਹ ਗੁਰੂ ਕੇ ਨਾਲ ਜਿਹਨਾਂ ਨੇ ਮੌਤ ਤੋਂ ਡਰੇ ਨੇ ਝੱਕੇ ਨੇ ਖਾਲਸਾ ਜੀ ਮਹਾਰਾਜ ਕਹਿੰਦੇ ਨੇ ਜੀਵਿਆਂ ਲੋਏ ਸਭ ਮਰਨ ਤੇ ਜਗਤ ਕਰੇ ਖਾਲਸਾ ਜੀ ਉਹ ਸਮਾਂ ਦੇਖਣ ਵਾਲਾ ਸੀ ਅਸੀਂ ਅੱਖੀ ਦੇਖਿਆ ਜੋ ਚਾਰ ਸਵੇਰੇ ਮੌਤ ਮਿਲ ਰਹੀ ਹੈ ਪੰਜਾਬ ਦੇ ਵਿੱਚ ਕੋਈ ਵੀ ਜੰਮਿਆ ਬੰਦਾ ਜਿਹਦੇ ਸਿਰ ਤੇ ਪੀਲਾ ਪਟਕਾ ਸੀ ਉਸ ਨੂੰ ਇੱਕ ਗਲਤ ਬੰਦਾ ਸਮਝਿਆ ਜਾਂਦਾ ਸੀ ਪੜ੍ਹ ਜਾਂਦਾ ਸੀ ਅਸੀਂ ਉਸ ਸਮੇਂ ਦੇ ਦੌਰਾਨ ਲੰਘੇ ਆ ਸਾਨੂੰ ਇਹ ਮੌਕਾ ਦੇਖਣਾ ਪਿਆ ਜੋ ਕੁਰਸੀਆਂ ਧਾਰਾਂ ਚੱਲਦੀਆਂ ਸਨ ਇਹ ਪੁਰਾਣੇ ਜੱਜੇ ਦਾ ਬੰਦਾ ਹੈ ਇਹ ਪੁਰਾਣੇ ਗਰੁੱਪ ਦਾ ਮੈਂਬਰ ਹੈ ਵੱਡਾ ਅੱਤਵਾਦੀ ਹੈ ਹਰ ਪੰਜ ਸਾਲਾਂ ਬਾਅਦ ਪੁਲਿਸ ਚੜ੍ਹ ਜਾਂਦੀ ਸੀ ਤੇ ਲੈ ਜਾਂਦੀ ਸੀ ਫਿਰ ਪੁੱਛਣਾ ਸ਼ੁਰੂ ਕਰਦੀ ਜਦੋਂ ਥੋੜਾ ਗਿਆ ਸਰਕਾਰ ਦਾ ਜੋਰ ਪੈ ਗਿਆ ਸੀ ਤੁਹਾਡੇ ਸਾਫ ਕਰਨਾ ਚਾਹੁੰਦੇ ਭਰਾ ਸੀ ਗਿਆ ਖਾਲਸਾ ਜੀ ਇਹ ਨੇ ਅੱਜ ਦੀਆਂ ਸਰਕਾਰਾਂ ਦੇ ਕੰਮ ਪਰ ਅਸੀਂ ਸੱਚੀ ਸਰਕਾਰ ਦੇ ਨੁਮਾਇੰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਆਪਣੇ ਕੰਮ ਕਰੀ ਜਾਓ ਖਾਲਸਾ ਜੀ ਇਹਨਾਂ ਗੁਰੂਖਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਗੁਰਦੇ ਪਾਏ ਆ ਉਹ ਮਾਣ ਕਰਦੇ ਉਹਨਾਂ ਨੇ ਆਪਣਾ ਜੀਵਨ ਕੁਰਬਾਨ ਕੀਤਾ ਅੱਜ ਤੁਹਾਡੀ ਡਿਊਟੀ ਹੈ ਖਾਲਸਾ ਜੀ ਨਗਰ ਵਾਸੀ ਪਰਿਵਾਰ ਵਾਲੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਬੜੀ ਵੱਡੀ ਡਿਊਟੀ ਨਿਭਾ ਰਹੇ ਹੋ ਉਹਨਾਂ ਨੇ ਡਿਊਟੀ ਨਿਭਾਈ ਹੈ ਕੁਰਬਾਨੀ ਦਿੱਤੀ ਹੈ ਸਾਡੀ ਤੁਹਾਡੀ ਡਿਊਟੀ ਇਹ ਹੈ ਇਹਨਾਂ ਦੀ ਕੁਰਬਾਨੀ ਨੂੰ ਜ਼ਿੰਦਾ ਰੱਖਣਾ ਆਪਣੀ ਅਗਲੀ ਪੀੜ੍ਹੀ ਤਾਈਂ ਪਹੁੰਚਾਉਣਾ ਅੱਗੇ ਤੋਂ ਅੱਗੇ ਇਹਨਾਂ ਨੂੰ ਕੌਮ ਯਾਦ ਕਰੇਗੀ ਜਿਹਨਾਂ ਨੇ ਆਪਣਾ ਜੀਵਨ ਗੁਰੂ ਲੇਖੇ ਲਾਇਆ ਮੈਂ ਆਪਣੀ ਟੀਮ ਸਾਥੀ ਭਾਈ ਨਿਸ਼ਾਨ ਸਿੰਘ ਤੇ ਹੋਰ ਕਮਿਸ਼ਨਰੀ ਇੱਥੇ ਢਾਡੀ ਜਿੱਥੇ ਜੋ ਵੀ ਆਏ ਨੇ ਸਾਰਿਆਂ ਦਾ ਧੰਨਵਾਦੀ ਹੈ ਪਰਿਵਾਰ ਵਾਲਿਆਂ ਦਾ ਧੰਨਵਾਦੀ ਹੈ ਦਾਸ ਸਾਹਿਬ ਸਿੰਘ ਤੋਂ ਇੱਕ ਅਸੀਸ ਮੰਗਦਾ ਆਪ ਅਸੀਸ ਬਖਸ਼ਿਓ ਇਹਨਾਂ ਗੁਰਮੁਖਾਂ ਦੀ ਸੂਰਮੈ ਸਿੰਘਾਂ ਦੀਆਂ ਆਪਾਂ ਰਲ ਮਿਲ ਕੇ ਬਰਸੀਆਂ ਮਨਾਈਏ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਤਾਈਂ ਇਹਨਾਂ ਦੀ ਕਹਾਣੀ ਅੱਗੇ ਤੋਂ ਅੱਗੇ ਚੱਲਦੀ ਜਾਵੇ ਕਿ ਇਹਨਾਂ ਨੇ ਕੁਰਬਾਨੀ ਕਿਉਂ ਕੀਤੀ ਜੇ ਅਸੀਂ ਗੱਲ ਨਹੀਂ ਕਰਾਂਗੇ ਤਾਂ ਇਹ ਗੱਲ ਇੱਥੇ ਖਤਮ ਹੋ ਜਾਏਗੀ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਸਾਡੇ ਗੁਰੂ ਨੇ ਸਾਨੂੰ ਦੱਸਿਆ ਦਸ਼ਮੇਸ਼ ਪਿਤਾ ਨੇ ਭਾਈ ਮੋਹੇ ਮਰਨੇ ਕਾ ਚਾਹ ਹੈ ਮਰਨ ਦਾ ਹਰ ਕੇ ਦੁਆਰ ਮਾਤਾ ਪੁੱਛੇ ਕੌਣ ਹੈ ਬੜਾ ਹਮਾਰੇ ਬਾਹਰ ਦੇਖੋ ਕਈ ਵਾਰ ਭੁਲੇਖਾ ਪੈ ਜਾਂਦਾ ਹੈ ਕਿ ਬਾਣੀ ਕੀਤੀ ਹੈ ਭਗਤ ਕਬੀਰ ਜੀ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਗੁਰਬਾਣੀ ਨੂੰ ਤੇ ਨਰ ਲਾ ਦਿੱਤਾ ਗੁਰੂ ਨਾਨਕ ਦੇਵ ਦੀ ਬਾਣੀ ਬਾਣੀ ਇੱਕ ਗੁਰੂ ਹੈ ਕਿਸੇ ਭਗਤ ਦੀ ਹੈ ਜਾਂ ਗੁਰੂ ਸਾਹਿਬ ਦੀ ਹੈ ਜਾਂ ਗੁਰਸਿੱਖ ਦੀ ਹੈ ਗੁਰਬਾਣੀ ਜਿਹੜੀ ਪ੍ਰਮਾਣ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੋ ਗਈ ਅਸੀਂ ਉਹਨੂੰ ਨਮਸਕਾਰ ਕਰਦੇ ਖਾਲਸਾ ਜੀ ਗੁਰੂ ਸਾਹਿਬ ਨੇ ਬੰਦੇ ਨੂੰ ਭਗਤੀ ਵਾਲੇ ਪਾਸੇ ਤੋਰਿਆ ਤੇ ਉਹ ਧੰਨ ਭਗਤੀ ਹੈ ਜਿਹੜੀ ਇਹੋ ਜਿਹੇ ਸੂਰਮੇ ਵਾਲੇ ਪਾਸੇ ਭਗਤ ਤੇ ਸੂਰਮੇ ਸਾਰੇ ਪਰਿਵਾਰ ਨੇ ਖਾਲਸਾ ਜੀ ਬੰਦਾ ਜਿਉਂਦਾ ਹੈ ਜੀਵਨ ਦੇ ਵਿੱਚ ਕਿਰਤ ਕਮਾਈ ਕਰਦਾ ਬਾਲ ਬੱਚਾ ਪਾਲਦਾ ਜੀਵਨ
ਜੀਵਨ ਪਰ ਜਿਨ੍ਹਾਂ ਲੋਕਾਂ ਨੇ ਜੀਵਨ ਗੁਰੂ ਲੇਖੇ ਲਾਇਆ ਕੌਮ ਦੇ ਲੇਖੇ ਲਾਇਆ ਉਹਨਾਂ ਦੀ ਕਹਾਣੀ ਚੱਲਦੀ ਰਹਿ ਗਈ। ਮੈਂ ਇੰਨੇ ਬਚਨ ਬੋਲਦਾ ਹੋਇਆ ਆਪ ਸਭ ਦਾ ਧੰਨਵਾਦੀ ਹਾਂ, ਗੁਰੂ ਸਾਹਿਬ ਦਾ ਧੰਨਵਾਦੀ, ਸਤਸੰਗੀਆਂ ਨੂੰ ਸਾਥੀਆਂ ਦਾ ਧੰਨਵਾਦੀ ਜਿਨ੍ਹਾਂ ਨੇ ਮੈਨੂੰ ਇਹ ਅੱਜ ਇੱਥੇ ਇਸ ਸਥਾਨ ਤੇ ਪਹੁੰਚਣ ਦਾ ਵਡਭਾਗ ਉਦਮ ਬਖਸ਼ਿਆ ਹੈ। ਭਾਈ ਸੁਰਿੰਦਰ ਸਿੰਘ, ਭਾਈ ਪ੍ਰਸ਼ਾਂਤ ਸਿੰਘ ਤੇ ਇਸ ਟੀਮ ਦੇ ਸਾਡੇ ਮੈਂਬਰ ਨੇ, ਸੋ ਇਹਨਾਂ ਦੇ ਉਦਮ ਨਾਲ ਦਾਸ ਇਸ ਨਗਰ ਨੂੰ ਸਿੱਧਾ ਕਰਨ ਪਹੁੰਚਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਦੇਵ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ, ਯਾਦ ਰੱਖੋ 1978 ਦੇ ਅੰਦਰ ਬਾਬਾ ਫੌਜਾ ਸਿੰਘ ਜੀ 16-16 ਗੋਲੀਆਂ ਦੀ ਖਾਤੇ ਨਾਲ ਭੁੱਖ ਲੱਥੀ ਕੌਮ ਦੇ ਸ਼ਹੀਦ ਮਾਤਾ ਗੁਜਰੀ ਦੇ ਦਾਦਾ ਜੀ ਕੌਮ ਦੇ ਸ਼ਹੀਦੀ ਇਤਿਹਾਸ ਨੂੰ ਦਰਾਗੇ ਸਿੰਘ 4ਵੇਂ ਸੀ ਸੂਹ ਰੰਗ ਕੇਸਰੀ ਨਿਸ਼ਾਨ ਤੇ ਐਵੇਂ ਲੋਕੀ ਭਟਕਦੇ ਮੁਠੰਡੀਆਂ ਦੇ ਡੇੜਿਆਂ ਦੇ ਗੁਰੂ ਗ੍ਰੰਥ ਗਿਆ ਗੁਰੂ ਕਿਹੜਾ ਹੈ ਜਬ 1978 ਤੋਂ ਅਖੰਡ ਕੀਰਤਨੀ ਜਥੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਕੌਮ ਦੀ ਸੇਵਾ ਕੀਤੀ, ਜਿੱਥੇ ਸ਼ਹੀਦੀਆਂ ਕੌਮ ਦਾ ਵੀ ਸਮਾਂ ਆਇਆ। ਇਸ ਜਥੇਬੰਦੀ ਵਿੱਚੋਂ ਬਹੁਤ ਸਾਰੇ ਸ਼ਹੀਦ ਪੈਦਾ ਹੋਏ। ਜੀ ਆਇਆਂ ਭਾਈ ਬਲਦੇਵ ਸਿੰਘ ਜੀ ਨੂੰ। ਹੁਣ ਸਾਡੇ ਪਾਸ ਭਾਈ ਮਨਜੀਤ ਸਿੰਘ ਜੀ ਖਰੂ ਸਾਹਿਬ ਆਏ ਨੇ, ਉਹਨਾਂ ਵੀ ਆਪਣੇ ਵਿਚਾਰ ਰੱਖਣੇ ਨੇ ਕਿ ਮੈਂ ਨਾਲ ਦੀ ਨਾਲ ਬੇਨਤੀ ਕਰਦੇ ਹਾਂ ਸਿੱਖ ਕੌਮ ਦੇ ਸ਼ਹੀਦ ਭਾਈ ਸੁਰਿੰਦਰ ਸਿੰਘ ਜੀ ਸੋਹਲ, ਭਾਈ ਮਹਿੰਦਰ ਸਿੰਘ ਜੀ ਸੋਹਲ, ਭਾਈ ਮਨਜੀਤ ਸਿੰਘ ਜੀ ਸੋਹਲ, ਭਾਈ ਦਰਦਾਰ ਸਿੰਘ ਜੀ ਸੋਹਲ, ਭਾਈ ਬਲਜੀਤ ਸਿੰਘ ਜੀ ਲਾਗੀ ਸੋਹਲ, ਭਾਈ ਹਰਦੀਪ ਸਿੰਘ ਜੀ ਦੀਪਾ, ਸਿਪਾਹੀ ਰਾਮਪੁਰ, ਭਾਈ ਪਰਮਜੀਤ ਸਿੰਘ ਜੀ ਮੰਮਾ, ਭਾਈ ਸੁਰਿੰਦਰ ਸਿੰਘ ਜੀ ਫੌਜੀ, ਭਾਈ ਮੁੰਡਾ ਸਿੰਘ ਜੀ, ਇਹਨਾਂ ਸ਼ਹੀਦ ਪਰਿਵਾਰਾਂ ਦੇ ਜੀ ਪਰਿਵਾਰਕ ਮੈਂਬਰਾਂ 'ਚ ਕੋਈ ਵੀ ਜੀ ਆਇਆ ਕੋਲੋਂ ਸਟੇਜ ਕੇ ਪਹੁੰਚਣ ਉਹਨਾਂ ਦਾ ਸਨਮਾਨ ਕਰਨਾ ਜੀ। ਇਹਨਾਂ ਤੋਂ ਇਲਾਵਾ ਵੀ ਕੋਈ ਵੀ ਸ਼ਹੀਦ ਪਰਿਵਾਰ ਦਾ ਵੀਰ ਜਾਂ ਭੈਣ ਇਸ ਸਮਾਗਮ ਵਿੱਚ ਆਈ ਹੈ ਉਹ ਵੀ ਆਪਣਾ ਨਾਮ ਦਾਸ ਕੋਲੋਂ ਲਗਵਾ ਸਕਦੇ ਨੇ, ਉਹਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਹੁਣ ਮੈਂ ਬੇਨਤੀ ਕਰਾਂਗਾ ਕੁਝ ਮਿੰਟਾਂ ਵਾਸਤੇ ਭਾਈ ਮਨਜੀਤ ਸਿੰਘ ਜੀ ਘਰੋਂ ਆਪ ਜੀ ਦੇ ਨਾਲ ਗੁਜ਼ਾਰਾ ਸਾਂਝੀਆਂ ਕਰਨਗੇ, ਬਾਅਦ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ। ਭਾਈ ਮਨਜੀਤ ਸਿੰਘ ਜੀ ਘਰੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨਾ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਗੁਰੂ ਪਿਆਰੇ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਭਾਈ ਸੁਰਿੰਦਰ ਸਿੰਘ ਸੋਹਲ ਜੋ ਕਿ ਖਾਸ ਕਰ ਕਮਾਂਡੋ ਗਰੁੱਪ ਦੇ ਲੈਫਟੀਨੈਂਟ ਜਨਰਲ, ਜਿਨ੍ਹਾਂ ਨੇ ਖਾਸ ਤੌਰ ਦੇ ਦੌਰਾਨ ਆਪਣਾ ਵਾਰ ਕੇ ਸ਼ਹਾਦਤ ਦਿੱਤੀ। ਅੱਜ ਆਪਾਂ ਉਹਨਾਂ ਦੀ 18ਵੀਂ ਜਾਂ 19ਵੀਂ ਬਰਸੀ ਮਨਾਉਣਾ ਹੈ। ਇਹ ਬਰਸੀਆਂ ਕੇਵਲ ਉਹਨਾਂ ਮਹਾਨ ਸ਼ਹੀਦਾਂ ਦੀਆਂ ਹੀ ਮਨਾਈਆਂ ਜਾਂਦੀਆਂ ਹਨ ਜੋ ਕੌਮ ਲਈ ਕੁਝ ਕਰਦੇ ਹਨ। ਬਾਬਾ ਵੇਖਿਆ ਹੈ ਕਿ ਐਡਾ ਜਿਨ੍ਹਾਂ ਦੇ 28 ਜਾਂ 29 ਅਖੰਡ ਪਾਠ ਸਾਹਿਬ ਹਰ ਸਾਲ ਹੋ ਗਏ ਹਨ, ਇਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਤੇ ਇੱਥੇ ਗੱਲ ਹੋਰ ਵੀ ਕਰਨ ਵਾਲੀ ਹੈ ਕਿ ਕਈ ਸ਼ਹੀਦ ਸਿੰਘ ਹਨ ਜਿਨ੍ਹਾਂ ਨੂੰ ਆਪਾਂ ਪਰਿਵਾਰ ਨਾਲ ਜੋੜਦਾ ਹੈ, ਸਿਰਫ ਪਰਿਵਾਰ ਤੱਕ ਸੀਮਤ ਕਰ ਦਿੱਤਾ ਹੈ। ਜੇ ਪਰਿਵਾਰ ਵਾਲੇ ਚਾਹੁੰਦੇ ਹਨ ਤੇ ਬਰਸੀ ਮਨਾਈ ਜਾਂਦੀ ਹੈ,
ਜੇ ਪਰਿਵਾਰ ਵਾਲੇ ਕਬੂਲ ਨਹੀਂ ਕਰਦੇ ਤੇ ਉਹਨਾਂ ਦੀ ਬਰਸੀ ਨਹੀਂ ਮਨਾਈ ਜਾਂਦੀ। ਇਹਨਾਂ ਨੇ ਕੁਰਬਾਨੀ ਕੀਤੀ ਹੈ ਪੰਥ ਵਾਸਤੇ ਜਾਂ ਧਰਮ ਵਾਸਤੇ, ਨਾ ਕੋਈ ਪਰਿਵਾਰ ਵਾਸਤੇ। ਆਪਾਂ ਇਸ ਗੱਲ ਤੋਂ ਆਪਾਂ ਭੱਜ ਰਹੇ ਹਾਂ ਕਿ ਆਪਾਂ ਇਹਨਾਂ ਨੂੰ ਪਰਿਵਾਰਾਂ ਜੋੜਿਆ ਹੈ, ਆਪਾਂ ਪਰਿਵਾਰਾਂ ਨਾਲ ਨਹੀਂ ਜੋੜਨਾ, ਆਪਾਂ ਇਹਨਾਂ ਨੂੰ ਇੱਕ ਪੰਥ ਵਜੋਂ ਬਰਸੀਆਂ ਮਨਾਉਂਦੀਆਂ ਹਨ, ਵੱਡੇ ਤੋਂ ਵੱਡੇ ਬਰਸੀਆਂ ਮਨਾਓ। ਇਹ ਤਾਂ ਗੱਲ ਹੋਰ ਵੀ ਹੈ, ਕਈ ਵਾਰ ਗੱਲ ਹੋ ਜਾਂਦੀ ਹੈ ਕਿ ਇਹਨਾਂ ਫਾਰਤੂ ਸੂਰਬੀਰਾਂ ਨੇ ਕਈ ਇਹਨਾਂ ਸਮੇਂ ਖਾਸ ਤੌਰ ਦੌਰਾਨ ਕਈ ਅਪਰਾਧ ਵੀ ਕੀਤੇ। ਮੈਂ ਤਾਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਖਾਸ ਤੌਰ ਲਹਿਰ ਭਾਰਤ ਬੰਦੇ ਆਈ, ਜਦੋਂ ਇਹਨਾਂ ਫਾਰਤੂ ਵੀਰਾਂ ਨੇ ਦਾਨ ਕੀਤਾ ਤੇ 11 ਬੰਦੇ ਪ੍ਰਾਪਤੀ ਹੋਣਗੇ, ਦਾਜ ਤੇ ਲੈਣਾ ਦੇਣਾ ਬੰਦ, ਹੋਰ ਫਜ਼ੂਲ ਖਰਚੇ ਬੰਦ, ਇਹ 18 ਮਿਤੀ ਮਤੇ ਬਣਾਇਆ ਗਿਆ। ਜੋ ਕਿ ਪੰਥ ਨੇ ਪ੍ਰਵਾਨ ਕੀਤੇ, ਪੰਥ ਨੇ ਖੜੇ ਮਿੱਥੇ ਮਤੇ ਪ੍ਰਵਾਨ ਕੀਤੇ ਤੇ ਇਹ ਜਿਹੜੇ ਮਤੇ ਸਨ ਇਹ ਸਰਕਾਰ ਨੂੰ ਚੰਗੇ ਨਾ ਲੱਗੇ। ਜਦੋਂ ਇਹਨਾਂ ਖਾਲਸਿਆਂ ਨੇ ਕਿਹਾ ਕਿ ਤੁਸੀਂ ਆਪਣਾ ਦਸਤਾਵਾਂ ਪੀੜੀਆਂ ਬੰਨੋ, ਪੀੜੀਆਂ ਚੁੜੀਆਂ ਲਓ, ਤੇ ਸਾਰੇ ਹੀ ਖਾਸ ਕਾਲਜਾਂ ਵਿੱਚ ਇਹ ਸਾਰੇ ਹੀ ਵਰਦੀਆਂ ਲਾਗੂ ਹੋ ਗਈਆਂ ਤੇ ਸਰਕਾਰਾਂ ਨੇ ਇਸ ਨੂੰ ਜਦੋਂ ਭੰਨਣ ਤੋੜਨ ਦੀ ਕੋਸ਼ਿਸ਼ ਕੀਤੀ ਪਰ ਇਹ ਖਾਲਸ ਸਰਕਾਰ ਨੂੰ ਵੱਡੇ ਸਾਹਮਣੇ ਆਈ। ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਦੋਂ ਸਰਕਾਰ ਨੇ ਸਾਰੇ ਹੱਥਾਂ ਦੇ ਅਪਣਾ ਲਿਆ ਤੇ ਜੇ ਕਿਸੇ ਸਿਖਰ ਤੇ ਨਾ ਪਹੁੰਚ ਸਕੀ ਤਾਂ ਇਹਨਾਂ ਨੇ ਫਿਰ ਕਹਿੰਦੇ ਹਨ ਕਿ ਦਿੱਲੀ ਜਾ ਕੇ KBS ਗਿੱਲ, ਬੇਅੰਤ ਸਿੰਘ ਤੇ ਹੋਰ ਕੋਈ ਮੰਤਰੀ ਇਹਨਾਂ ਨੇ ਦਿੱਲੀ ਜਾ ਕੇ ਆਪਣਾ ਸਾਰਾ ਹਾਲ ਦੱਸਿਆ। ਉੱਥੇ ਇੱਕ ਧਾਰਨ ਕਰੀ ਗਈ ਕਿ ਤੁਸੀਂ ਡੁਪਲੀਕੇਟ ਕਾਰਡ ਪੈਦਾ ਕਰੋ, ਉਹਨਾਂ ਨੂੰ ਹਥਿਆਰ ਦਿਓ, ਉਹਨਾਂ ਨੂੰ ਪੈਸਾ ਦਿਓ। ਉਹ ਡੇਰਿਆਂ 'ਚ ਜਾਣ, ਉਹ ਬੈਂਕਾਂ 'ਚ ਜਾਣ ਤੇ ਉੱਥੇ ਬੇਅਦਬੀਆਂ ਕਰਨ ਤੇ ਲੋਕਾਂ ਕੋਲ ਵੱਡੀਆਂ ਵੱਡੀਆਂ ਫੋਟੀਆਂ ਹੋਣ। ਜਦੋਂ ਇਹ ਸਭ ਤੋਂ ਪਹਿਲਾਂ ਦੱਸਦੇ ਹਨ ਕਿ ਇੱਕ 150 ਮੁੰਡਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਰਤੀ ਕੀਤਾ ਗਿਆ, ਜਿਹਨਾਂ ਨੂੰ ਸੱਤ ਅੱਠ ਜਥੇਬੰਦੀ ਬਣਾ ਕੇ ਉਹਨਾਂ ਨੂੰ ਡੇਰਿਆਂ 'ਚ ਭੇਜਿਆ ਗਿਆ, ਬਾਹਰ ਪਿੰਡਾਂ 'ਚ ਭੇਜਿਆ ਗਿਆ। ਉਹਨਾਂ ਜਦੋਂ ਲਿਖਿਆ ਕਿ ਸਭ ਤੋਂ ਪਹਿਲਾਂ ਜਦੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਪੁਲਿਸ ਦੇ ਪਰਿਵਾਰ ਨਾਲ ਸ਼ੁਰੂ ਕੀਤੇ, ਜਦੋਂ ਕਿ ਪੁਲਿਸ ਖਾਲ ਕੌਰ ਪੂਰਾ ਪੂਰਾ ਸਾਥ ਦਿੰਦੀ ਸੀਗੀ ਤੇ ਜੋ ਪੁਲਿਸ ਦੇ ਪਰਿਵਾਰ ਨਾਲ ਨੇ ਸ਼ੁਰੂ ਕੀਤੇ ਜਿਹੜਾ ਡੁੱਬੇ ਖਾਲਕੋਆ ਨੇ ਪਰਿਵਾਰ ਪੁਲਿਸ ਵੀ ਇਹਨਾਂ ਖਾਲਕੋਆ ਔਖੀ ਹੋ ਗਈ। ਇਹ ਗੱਲ ਨਾ ਪੁਲਿਸ ਸਮਝੀ, ਨਾ ਖਾਲਕੋ ਸਮਝੇ, ਨਾ ਭੰਗਲ ਸਮਝੇ, ਕਿਉਂਕਿ ਇਹ SRP ਤੋਂ ਉੱਪਰ ਦੀ ਗੱਲ ਸੀਗੀ ਤੇ ਇਹਦਾ ਕਾਰ ਤੇ ਧੱਬਾ ਇਹ ਖਾਲਕੋ ਸਿਰ ਨੂੰ ਲੈ ਜਾਂਦਾ ਗਿਆ। ਸੋ ਆਪਾਂ
ਥੜੇਰ ਤੇ ਪਹੁੰਚ ਜਾਣ ਤੇ ਸਭ ਤੋਂ ਪਹਿਲਾਂ ਬੇਨਤੀ ਭਾਈ ਸੁਰਿੰਦਰ ਸਿੰਘ ਸੋਹਲ ਦੇ ਪਰਿਵਾਰ ਚੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ। ਨਾਲ ਦੀ ਨਾਲ ਹੀ ਭਾਈ ਗੋਬਿੰਦਰ ਸਿੰਘ ਜੀ ਸੋਹਲ, ਭਾਈ ਮਨਜੀਤ ਸਿੰਘ ਜੀ ਸੋਹਲ, ਭਾਈ ਦਰਬਾਰ ਸਿੰਘ ਜੀ, ਭਾਈ ਬਲਜੀਤ ਸਿੰਘ ਜੀ ਲਾਟੀ, ਭਾਈ ਹਰਦੀਪ ਸਿੰਘ ਜੀ ਸਿਪਾਹੀ ਰਾਮਗੋੜਾ, ਭਾਈ ਪਰਮਜੀਤ ਸਿੰਘ ਜੀ ਪੰਮਾ, ਭਾਈ ਸੁਖਿੰਦਰ ਸਿੰਘ ਜੀ ਫੌਜੀ, ਭਾਈ ਬੁੱਢਾ ਸਿੰਘ ਜੀ, ਸਾਰਿਆਂ ਦੇ ਜੇ ਪਰਿਵਾਰ ਜੀ ਦੇ ਕੁਛ ਦੇਰ ਦੇ ਉੱਤੇ ਪਹੁੰਚ ਜਾਣ। ਫਿਰ ਮੈਂ ਬੇਨਤੀ ਕਰਾਂਗਾ ਭਾਈ ਸੁਰਿੰਦਰ ਸਿੰਘ ਜੀ ਸੋਹਲ ਸਾਹਿਬ ਜੀ ਦੇ ਪਰਿਵਾਰ ਚੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ। ਅਗਲੇ ਪਾਸੇ ਹੋ ਜੋ ਉਹਨਾਂ ਦੇ
ਚਲੋ ਪਰਲੇ ਪਾਸੇ ਨੂੰ ਲੈ ਇਹਨਾਂ ਨੂੰ ਪਰਲੇ ਪਾਸੇ ਨੂੰ ਬੋਲੇ ਸੋ ਨਿਹਾਲ ਚਲੋ ਮੰਜੀ ਜੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਾਣੀ ਬਣੀ। ਸ਼ਹੀਦ ਕੀ ਮੌਤ ਸੇ ਕਿਆ ਬਿਰਧ ਹੈ ਕਹਾ, ਸ਼ਹੀਦ ਕੀ ਮੌਤ ਪੇ ਤੇ ਖੁਦਾ ਦੀ ਕਿਰਪਾ ਹੋਗਾ। ਮੈਂ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਜਿਲ੍ਹਾ ਦੇਗਾ ਤੇ ਔਰ ਨਗਰ ਵਾਸੀ ਸਤਸੰਗਤ ਦੁਬਾਰਾ ਸ਼ਹੀਦ ਨੂੰ ਰਿਪੀਟ ਕੀਤਾ ਹੈ।
ਜਵਾਨੀ ਹੋਏ ਤਾਂ ਬਹੁਤ ਵਧੀਆ ਤਰੀਕੇ ਨਾਲ ਲੱਗਦਾ ਕਿਉਂਕਿ ਪਾਲੇ ਪਾਲੇ ਜਲਦੀ ਪੜਾਉਂਦੇ ਲਿਖੀ ਕਵਿਤਾ ਸੁਰੇ ਗੁਰੂ ਜੀ ਦੀ ਤੁੰਦੀ ਬਿਨਾਂ ਬੇਨਤੀ ਕੀਤੀ ਹੈ ਇਹ ਦੁਸਹਿਰੇ ਦੇ ਕਵਿਤਾ ਲਿਖੀ ਸੀ ਕੁਝ ਟੇਕਾਂ ਜਵਾਨੀ ਅੱਜ ਤੱਕ ਯਾਦ ਸਨ ਔਰ ਕੁਝ ਮੈਂ ਨਵੀਆਂ ਲਿਖੀਆਂ ਇਹ ਵੀਰੋ ਨਵੀਆਂ ਲਿਖੀਆਂ ਮੇਰਾ ਵੱਡਾ ਭਰਾ ਮੇਰੇ ਨਾਲ ਹੁੰਦਾ ਸੀ ਉਦੋਂ ਕਵਿਤਾ ਸੁਣ ਰਹੀ ਸੀ ਔਰ ਕਵਿਤਾ ਵਿੱਚ ਥੋੜ੍ਹਾ ਜਿਹਾ ਮੇਰਾ ਫਰਕ ਪਿਆ ਹੈ ਇਸ ਗੱਲ ਨੂੰ ਮੈਂ ਆਪ ਤੋਂ ਖਿਮਾਣਾ ਬਹੁਤ ਸਾਰੇ ਵੀਰਾਂ ਨੇ ਮਾਣ ਭੇਜੇ ਗੁਰੂ ਦੀ ਕਿਰਪਾ ਕਰਨ ਹਾਜ਼ਰੀ ਦਾ ਪ੍ਰਮਾਣ ਕਰਨ ਸਾਰੀ ਸਿਰਫ ਇੱਕ ਵਾਰੀ ਕਰ ਤੁਹਾਡੀ ਨਾਨਕ ਨਾਮ ਕਹਿੰਦੀ ਕਲਾ ਤੇਰੇ ਭਾਣੇ ਸਰਦਾ ਦਾ ਬਾਬਾ ਸੁਰਿੰਦਰ ਸਿੰਘ ਜੀ ਸੋਹ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾ ਦੇ ਆਏ ਮੈਨੂੰ ਪਹਿਲਾਂ ਨਹੀਂ ਸੀ ਪਤਾ ਪਰ ਜਦੋਂ ਇੱਥੇ ਆ ਕੇ ਅਸੀਂ ਪਤਾ ਕੀਤਾ ਤੇ ਪਤਾ ਲੱਗਾ ਗੁਰਦੁਆਰਾ ਬਾਬਾ ਸੁਰਿੰਦਰ ਸਿੰਘ ਜੀ ਸੋਹ ਸ਼ਹੀਦ ਦੇ ਨਾਮ ਤੇ ਹੈ ਮਨ ਬੜਾ ਚਾਅ